ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਆਏ ਦਿਨ ਸਾਨੂੰ ਰੇਪ ਵਰਗੀਆਂ ਨਵੀਆਂ ਘਟਨਾਵਾਂ ਸੁਣਨ ਨੂੰ ਹੀ ਦਿਖਾਈ ਦਿੰਦੀਆਂ ਹਨ। ਪਿਛਲੇ ਦਿਨਾਂ ਵਿੱਚ ਕੁਝ ਅਜਿਹਾ ਹੀ ਹੋਇਆ ਹੈ ਮੋਹਾਲੀ ਵਿੱਚ, ਜਿਸ ਬਾਰੇ ਅਨਮੋਲ ਗਗਨ ਮਾਨ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ। ਆਓ ਦੇਖਦੇ ਹਾਂ ਉਹ ਪੂਰੀ ਵੀਡੀਓ। ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹੋਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਮੈਂ ਗੱਲਬਾਤ ਕਰਨਾ ਚਾਹੁੰਦੀ ਸੀ, ਜਿਹੜਾ ਮੋਹਾਲੀ ਰੇਪ ਕੇਸ ਹੋਇਆ, ਕਿਸੇ ਨੌਜਵਾਨ ਵੱਲੋਂ ਕਿਸੇ ਕੁੜੀ ਦੇ ਲਿਫਟ ਮੰਗਣ 'ਤੇ ਉਹਨੂੰ ਸੁੰਨਸਾਨ ਜਗ੍ਹਾ 'ਤੇ ਜੰਗਲੀ ਏਰੀਏ 'ਚ ਲਿਜਾ ਕੇ ਉਹਦਾ ਰੇਪ ਕਰ ਦਿੱਤਾ ਗਿਆ। ਬੜੀ ਸ਼ਰਮਨਾਕ ਗੰਦੀ ਹਰਕਤ ਹੈ। ਦਿਨ ਬਾ ਦਿਨ ਸਾਡੀ ਪੰਜਾਬ 'ਚ ਕਿਹੋ ਜਿਹੇ ਕੰਮ ਹੁੰਦੇ ਆ, ਜਿੱਥੇ ਸੂਰ ਵੀਰਾਂ ਦੀ, ਗੁਰੂਆਂ ਪੀਰਾਂ ਦੀ ਧਰਤੀ 'ਤੇ ਇਹੋ ਜਿਹੇ ਕੰਮ ਹੋ ਰਹੇ ਆ, ਕਿੱਥੇ ਅਸੀਂ ਸੇਫ ਮਹਿਸੂਸ ਕਰ ਲਾਂਗੇ? ਪਹਿਲੀ ਗੱਲ ਤਾਂ ਕੁੜੀਆਂ ਨੂੰ ਕਦੀ ਅਣਜਾਣ ਬੰਦੇ ਨਾਲ ਨਾ ਬੈਠੋ। ਕਿਸੇ ਬੰਦੇ ਨੇ ਤੁਹਾਨੂੰ ਐਡਰੈਸ ਪੁੱਛਿਆ, ਉਹਦੇ ਨਾਲ ਅਸੀਂ ਕਿਸੇ ਬੰਦੇ ਨੂੰ ਬੁਲਾਉਣ ਤੋਂ ਪਹਿਲਾਂ ਵੀ ਅਣਜਾਣ ਬੰਦੇ ਨੂੰ ਅਸੀਂ 100 ਵਾਰੀ ਸੋਚਦੇ ਹਾਂ, ਨਾ ਬੈਠੋ ਕਿਸੇ ਨੇ ਤਾਂ। ਤੁਹਾਨੂੰ ਨਹੀਂ ਪਤਾ ਸਾਹਮਣੇ ਵਾਲੇ ਦੀ ਕਿਹੋ ਜਿਹੀ ਸੋਚ ਹੈ, ਚੰਗੀ ਸੋਚ ਹੈ, ਮਾੜੀ ਸੋਚ ਹੈ। ਸੋ ਬਹੁਤ ਸ਼ਰਮ ਆ ਰਹੀ ਹੈ। ਉਹਦੇ ਸਕੈਚ ਜਾਰੀ ਕੀਤੇ ਗਏ ਨੇ, ਸਕੈਚ ਜਾ ਕੇ ਸੋਸ਼ਲ ਮੀਡੀਆ ਉੱਤੇ ਫੋਲੋ ਕਰੇ ਬੰਦਾ ਲੱਭੋ, ਇਹੋ ਜਿਹੀ ਸਕੈਚ ਮੈਂ ਪੋਸਟ ਕਰਦੀ ਹਾਂ ਆਪਣੇ ਪੇਜ ਉੱਪਰ ਵੀ। ਸੋ ਪੁਲਿਸ ਨੂੰ ਵੀ ਜਲਦੀ ਐਕਸ਼ਨ ਲੈਣਾ ਚਾਹੀਦਾ ਸੀ। ਸੁਣਨ 'ਚ ਆਇਆ ਕਿ ਬੜੀ ਲੇਟ ਐਕਸ਼ਨ ਲਿਆ ਗਿਆ ਇਸ ਚੀਜ਼ ਉੱਪਰ। ਹਵਾਨੀਅਤ ਦੀਆਂ ਹੱਦਾਂ ਪਾਰ ਕਰਨ ਵਾਲੇ ਵਿਅਕਤੀ ਦਾ ਪੁਲਿਸ ਦੁਆਰਾ ਇੱਕ ਸਕੈਚ ਜਾਰੀ ਕੀਤਾ ਗਿਆ ਹੈ, ਤੇ ਤੁਹਾਨੂੰ ਵੀ ਇਹੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ, ਤਾਂ ਜੋ ਇਸ ਦਰਿੰਦੇ ਦੀ ਭਾਲ ਹੋ ਸਕੇ, ਤੇ ਇਸ ਵੀਡੀਓ ਵਿੱਚ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹੋ ਜਿਹੇ ਹਵਾਨ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਜੋ ਫਿਰ ਤੋਂ ਕੋਈ ਅਜਿਹਾ ਕਰਨ ਦੀ ਹਿੰਮਤ ਵੀ ਨਾ ਕਰ ਸਕੇ। ਹਰ ਤਰ੍ਹਾਂ ਦੀਆਂ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।